ਮੈਂ ਮੇਰਾ ਇੰਡੀਆ ਲੈਵਲ ਤਾਂ ਬਹੁਤ ਹੀ ਜ਼ਿਆਦਾ ਸੁਪਨਾ ਸੀ ਕਿ ਮੈਂ ਇੰਡੀਆ ਲੈਵਲ 'ਤੇ ਖੇਡਾਂ, ਪਰ ਪੈਸੇ ਦੇ ਪਿੱਛੋਂ ਮੈਂ ਨਹੀਂ ਖੇਡ ਪਾਈ। ਮੰਮੀ ਪਾਪਾ ਪਤਾ ਨਹੀਂ ਪੈਸਾ ਕਿੱਥੋਂ ਐਡਜਸਟ ਕਰਦੇ ਕਿੱਥੋਂ ਨਹੀਂ ਕਰਦੇ, ਮੈਨੂੰ ਇਸ ਬਾਰੇ ਕੁਛ ਨਹੀਂ ਪਤਾ ਹੈਗਾ। ਹੁਣ ਤੱਕ ਮੈਂ ਜੇ ਇੰਨਾ ਖੇਡੀਆਂ ਮਿਹਨਤ ਕੀਤੀਆਂ, ਉਸ ਮਿਹਨਤ ਦਾ ਮੈਨੂੰ 1% ਵੀ ਕੋਈ ਫਾਇਦਾ ਨਹੀਂ ਹੋਇਆ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਕੋਈ ਨੌਕਰੀ ਦਿੱਤੀ ਜਾਵੇ, ਜਿਸ ਕਰਕੇ ਮੈਂ ਆਪਣਾ ਘਰ ਬਣਾ ਸਕਾਂ, ਵੀ ਆਪਣੇ ਮੰਮੀ ਡੈਡੀ ਨੂੰ ਕੁਛ ਕਰਕੇ ਵਿਖਾ ਸਕਾਂ। ਮੈਂ ਸਟੇਟ ਲੈਵਲ ਖੇਡਣ ਗਈ ਸੀ ਜਲੰਧਰ, ਅਤੇ ਉਦੋਂ ਮੇਰੇ ਤੋਂ ਸਿਰਫ ਮਤਲਬ 50 ਰੁਪਏ ਸੀ, ਅਤੇ ਸਾਰੀਆਂ ਕੁੜੀਆਂ ਮਤਲਬ ਟ੍ਰੇਨ ਵਿੱਚ ਬੈਠ ਕੇ ਅਤੇ ਖਾਂਦੀਆਂ, ਅਤੇ ਮੈਨੂੰ ਪਤਾ ਸੀ ਮੇਰੇ ਤੋਂ ਨਹੀਂ ਹੈਗੇ ਅਤੇ ਮੈਂ ਕਿੱਥੋਂ ਖਾਣਾ। ਐਨਆਰਆਈ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਧਰਮਵੀਰ ਗਿੱਲ ਲਾਲੀ। ਅਸੀਂ ਇਸ ਵੇਲੇ ਜਿਸ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ, ਉਹ ਪੰਜਾਬ ਦੀ ਧੀ ਨੂੰ ਮਿਲਾਉਣ ਜਾ ਰਹੇ ਹਾਂ, ਜਿਹਨੇ ਆਪਣਾ ਪਿੰਡ ਦਾ ਨਾਂ, ਆਪਣੇ ਸ਼ਹਿਰ ਦਾ ਨਾਂ ਔਰ ਆਪਣੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਅਸੀਂ ਗੱਲਬਾਤ ਕਰ ਲੈਂਦੇ ਹਾਂ ਉਹਨਾਂ ਨਾਲ। ਪਹਿਲਾਂ ਤਾਂ ਜੀ ਆਇਆਂ ਨੂੰ ਜੀ, ਤੁਹਾਡਾ ਐਨਆਰਆਈ ਟੀਵੀ ਦੇ ਸਤਿ ਸ਼੍ਰੀ ਅਕਾਲ, ਸਾਰੇ ਦਰਸ਼ਕਾਂ ਨੂੰ ਦੇਖਣਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਮੈਂ ਹਾਕੀ ਪਲੇਅਰ ਹਾਂ, ਮੈਂ ਬੀਬੀ ਕੇ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਆ, ਅਤੇ ਹੁਣ ਮੈਂ ਯੂਨੀਵਰਸਿਟੀ ਤੋਂ ਮੈਂ ਬੀਪੀਐਡ ਕਰਦੀ ਪਈ ਹਾਂ। ਵੀਰੋ ਜੀ, ਕਿੰਨੇ ਚਿਰ ਤੋਂ ਤੁਸੀਂ ਜਿਹੜਾ ਹਾਕੀ ਦੀ ਪਲੇਅਰ ਖੇਡ ਰਹੇ ਹੋ, ਕਿਸ ਤਰ੍ਹਾਂ ਤੁਹਾਡੇ ਦਿਲ ਦੇ ਵਿੱਚ ਆਇਆ ਕਿ ਇਸ ਲਾਈਨ ਵੱਲ ਜਾਣਾ? ਮੈਂ 7th ਕਲਾਸ 'ਚ ਸੀ ਜਦੋਂ ਮੈਂ ਸਕੂਲ ਲੈਵਲ ਵਿੱਚ ਸੀ, ਅਤੇ ਉਦੋਂ ਸਾਡੇ ਟੀਚਰਸ ਨੇ ਕਿਹਾ ਸੀ ਕਿ ਕਿਹੜੇ ਕਿਹੜੇ ਬੱਚਿਆਂ ਨੇ ਗੇਮ ਰੱਖਣੀ ਆ, ਹੱਥ ਖੜੇ ਕਰੋ, ਅਤੇ ਉਸ ਟਾਈਮ ਮੈਂ ਵੀ ਕੀਤਾ, ਅਤੇ ਫਿਰ ਮੈਂ ਅਗਲੇ ਦਿਨ ਗਰਾਊਂਡ ਆਈ, ਅਤੇ ਗਰਾਊਂਡ ਆਣ ਕੇ ਰਨਿੰਗ ਵਗੈਰਾ ਕਰਵਾਈ ਕੋਚ ਨੇ। ਮੇਰੇ ਇੱਥੋਂ ਦੇ ਕੋਚ ਆ ਜਗਰੂਪ ਸਰ, ਅਮਰਜੀਤ ਮੈਡਮ, ਪੱਲੀ ਸਰ, ਸਾਰੇ ਉਹਨਾਂ ਨੇ ਫਿਰ ਮੈਨੂੰ ਹਾਕੀ ਦਿੱਤੀ, ਕਿੱਟ ਦਿੱਤੀ, ਸ਼ੂਜ਼ ਦਿੱਤੇ, ਉਹ ਪਾ ਕੇ ਫਿਰ ਮੈਂ ਹੌਲੀ ਹੌਲੀ ਰਨਿੰਗ ਕਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ ਇੱਦਾਂ ਹੀ ਹੌਲੀ 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 ਕਰਕੇ ਫਿਰ ਮੈਂ 2012 ਵਿੱਚ ਸਬ ਜੂਨੀਅਰ ਨੈਸ਼ਨਲ ਖੇਡੀ। ਹੁਣ ਤੱਕ ਕਿੰਨੇ ਕੁ ਅਵਾਰਡ ਤੁਹਾਨੂੰ ਮਿਲ ਚੁੱਕੇ ਨੇ ਔਰ ਕਿੱਥੋਂ ਕਿਹੜੇ ਕਿਹੜੇ ਦੇਸ਼ਾਂ ਲਈ ਜਾ ਕੇ ਖੇਡੇ? ਮੈਂ ਹੁਣ ਤੱਕ ਪਹਿਲੀ 2012 ਵਿੱਚ ਮੈਂ ਸਬ ਜੂਨੀਅਰ ਨੈਸ਼ਨਲ ਖੇਡੀ ਸੀ, ਅਤੇ ਉਸ ਤੋਂ ਬਾਅਦ 2012 ਤੋਂ ਲੈ ਕੇ 19 ਤੱਕ ਮੈਂ ਲਗਾਤਾਰ ਨੈਸ਼ਨਲ ਖੇਡੀ ਹਾਂ, ਅਤੇ 3 ਵਾਰ ਮੈਂ ਆਲ ਇੰਡੀਆ ਖੇਡੀ ਹੋਈ ਹਾਂ, ਇੰਟਰਵਰਸਿਟੀ ਮੇਰਾ ਗੋਲਡ ਮੈਡਲਿਸਟ ਰਹੀ ਹਾਂ, ਅਤੇ ਆਲ ਇੰਡੀਆ 'ਚ 4th ਪੁਜੀਸ਼ਨ ਰਹੀ ਮੇਰੀ ਇਹਦੇ ਵਿੱਚ, ਅਤੇ ਹੁਣ ਤੱਕ ਮਤਲਬ ਕਾਫੀ ਅਚੀਵ ਕੀਤਾ ਵਾ। ਪਰਿਵਾਰ ਦਾ ਕਿਸ ਤਰ੍ਹਾਂ ਦਾ ਸਾਥ ਰਿਹਾ ਔਰ ਪਰਿਵਾਰ ਦੇ ਵਿੱਚ ਕੌਣ ਹੈ ਤੁਹਾਡੇ? ਮੇਰੇ ਪਰਿਵਾਰ ਵਿੱਚ ਅਸੀਂ 4 ਭੈਣਾਂ ਵਾਂ ਅਤੇ 1 ਭਰਾ ਵਾ, ਅਤੇ ਮੰਮੀ ਪਾਪਾ ਦੀ ਬੜੀ ਸਪੋਰਟ ਰਹੀ ਆ ਮੈਨੂੰ ਹੁਣ ਤੱਕ, ਕਦੀ ਵੀ ਕਿਤੇ ਆਉਣ ਜਾਣ ਤੋਂ ਉਹਨਾਂ ਨੇ ਰੋਕਿਆ ਨਹੀਂ ਮੈਨੂੰ, ਬਥੇਰਾ ਉਹਨਾਂ ਨੇ ਕੀਤਾ ਮੇਰੇ ਨਾਲ ਹੁਣ ਤੱਕ। ਪਾਪਾ ਤੁਹਾਡੇ ਵੀ ਪਲੇਅਰ ਸੀ ਜਾਂ ਬ੍ਰਦਰ ਪਲੇਅਰ ਹੈ ਜਾਂ ਤੁਸੀਂ ਹੀ ਸਿਰਫ ਪਰਿਵਾਰ ਦੇ ਵਿੱਚ ਪਲੇਅਰ? ਮੇਰੇ ਘਰ ਦੇ ਹਾਲਾਤ ਇੰਨੇ ਮਾੜੇ ਸੀ ਕਿ ਮੇਰੇ ਘਰ ਵਿੱਚ ਮੇਰੀਆਂ ਭੈਣਾਂ ਵੀ ਜ਼ਿਆਦਾ ਪੜ੍ਹ ਨਹੀਂ ਸਕੀਆਂ, ਅਤੇ ਮੇਰੇ ਘਰਦਿਆਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਕਿ ਮੈਂ ਗ੍ਰੈਜੂਏਸ਼ਨ ਵੀ ਕੰਪਲੀਟ ਕੀਤੀ ਆਪਣੀ, ਅਤੇ ਹੁਣ ਮੈਂ ਬੀਪੀਐਡ 'ਚ ਐਡਮਿਸ਼ਨ ਵੀ ਲਈ ਆ, ਕਿ ਉਹਨਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਮੇਰੇ ਘਰਦਿਆਂ ਨੇ ਕਿ ਮੈਂ ਕੁਛ ਕਹਿ ਨਹੀਂ ਸਕਦੀ। ਮੰਮੀ ਪਾਪਾ ਪਤਾ ਨਹੀਂ ਪੈਸਾ ਕਿੱਥੋਂ ਐਡਜਸਟ ਕਰਦੇ ਕਿੱਥੋਂ ਨਹੀਂ ਕਰਦੇ, ਮੈਨੂੰ ਇਸ ਬਾਰੇ ਕੁਛ ਨਹੀਂ ਪਤਾ ਹੈਗਾ। ਹੁਣ ਤੱਕ ਉਹਨਾਂ ਨੇ ਜਿੰਨਾ ਕੀਤਾ ਮੇਰੇ ਨਾਲ ਬੜਾ ਕੀਤਾ, ਅਤੇ ਮੈਂ ਚਾਹੁੰਦੀ ਹਾਂ ਕਿ ਜੇ ਉਹਨਾਂ ਨੇ ਮੇਰੇ ਨਾਲ ਇੰਨਾ ਕੀਤਾ ਵਾ ਨਾ, ਅਤੇ ਮੈਂ ਵੀ ਉਹਨਾਂ ਨੂੰ ਕੁਛ ਕਰਕੇ ਵਿਖਾਵਾਂ। ਹੁਣ ਤੱਕ ਮੈਂ ਜੇ ਇੰਨਾ ਖੇਡੀਆਂ ਮਿਹਨਤ ਕੀਤੀਆਂ, ਉਸ ਮਿਹਨਤ ਦਾ ਮੈਨੂੰ 1% ਵੀ ਕੋਈ ਫਾਇਦਾ ਨਹੀਂ ਹੋਇਆ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਕੋਈ ਨੌਕਰੀ ਦਿੱਤੀ ਜਾਵੇ, ਜਿਸ ਕਰਕੇ ਮੈਂ ਆਪਣਾ ਘਰ ਬਣਾ ਸਕਾਂ, ਵੀ ਆਪਣੇ ਮੰਮੀ ਡੈਡੀ ਨੂੰ ਕੁਛ ਕਰਕੇ ਵਿਖਾ ਸਕਾਂ। ਤੁਹਾਡੇ ਫਾਦਰ ਸਾਹਿਬ ਨੇ ਉਹ ਕੀ ਕੰਮ ਕਰਦੇ ਨੇ ਵੈਸੇ? ਮੇਰੇ ਪਾਪਾ ਮਜ਼ਦੂਰੀ ਕਰਦੇ ਨੇ, ਅਤੇ ਭਰਾ ਪੇਂਟ ਦਾ ਕੰਮ ਕਰਦਾ ਵਾ, ਉਹ ਵੀ ਨਹੀਂ ਪੜ੍ਹਿਆ ਹੈਗਾ, ਅਤੇ ਸਿਸਟਰ ਆ, 2 ਮੈਰਿਡ ਆ, 1 ਮੈਂ ਵਾਂ, ਮੈਂ ਹੀ ਆਪਣੇ ਘਰ ਵਿੱਚ ਪੜ੍ਹੀ ਹਾਂ, ਅਤੇ ਗੇਮ ਵੀ ਮੈਂ ਹੀ ਖੇਡਦੀ ਹਾਂ। ਪਲੇਅਰ ਜਿੱਥੇ ਧੀਆਂ ਮਾਂ ਬਾਪ ਜਿੱਥੇ ਧੀਆਂ ਜੰਮਣ ਤੋਂ ਡਰਦੇ ਨੇ, ਜੇ ਧੀਆਂ ਜਿਹੜੀਆਂ ਨੇ ਬੋਝ ਨਹੀਂ, ਪਰ ਵੀਰੋ ਜਿਹੜੀ ਆਪਣੇ ਮਾਂ ਬਾਪ ਦਾ ਸਹਾਰਾ ਬਣੀ ਹੋਈ ਹੈ, ਔਰ ਵੀਰੋ ਦਾ ਇਹੀ ਕਹਿਣਾ ਕਿ ਮਜ਼ਦੂਰੀ ਕਰਕੇ ਵੀ ਉਸਦੇ ਪਾਪਾ ਨੇ ਜਿਹੜਾ ਉਸਨੂੰ ਉਸਦਾ ਜਿਹੜੀ ਰੁਚੀ ਹੈ ਖੇਡਾਂ ਵੱਲ ਉਹਨੂੰ ਟੁੱਟਣ ਨਹੀਂ ਦਿੱਤਾ, ਔਰ ਉਹਦੀ ਹਰ ਜਿਹੜੀ ਤਮੰਨਾ ਉਹ ਪੂਰੀ ਕੀਤੀ ਜਾ ਰਹੀ ਹੈ। ਆਪਾਂ ਵੀਰੋ ਜੀ ਨੂੰ ਹੋਰ ਪੁੱਛ ਲੈਣਾ, ਵੀਰੋ ਜੀ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਹੈਲਪ ਮਿਲੀ ਤੁਹਾਨੂੰ ਅਜੇ ਤੱਕ? ਅਜੇ ਤੱਕ ਤਾਂ ਮੈਨੂੰ ਸਰਕਾਰ ਵੱਲੋਂ ਵੀ ਨਹੀਂ ਕੋਈ ਹੈਲਪ ਮਿਲੀ, ਕੋਈ ਕੁਛ ਨਹੀਂ ਮੈਂ ਕਹਿ ਸਕਦੀ ਇਹਨਾਂ ਬਾਰੇ, ਕਿਉਂਕਿ ਕੋਈ ਵੀ ਫਾਰਮ ਭਰ ਲਓ, ਕੋਈ ਵੀ 1% ਨਹੀਂ ਮੈਨੂੰ ਇਹਨਾਂ ਦਾ ਬੈਨੀਫਿਟ ਹੋਇਆ, ਵੀ ਜਦੋਂ ਵੀ ਫਾਰਮ ਭਰਦੀ ਹਾਂ ਉਦੋਂ ਹੀ ਮੈਨੂੰ ਮਤਲਬ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਵਾ। ਤੁਸੀਂ ਇੰਨੇ ਮੈਡਲ ਜਿੱਤੇ ਨੇ, ਤੁਹਾਨੂੰ ਕੋਈ ਪਹੁੰਚ ਨਹੀਂ ਕੀਤੀ ਕਿਸੇ ਨੇ ਪੰਜਾਬੀ ਸਰਕਾਰ ਦੇ ਅਧਾਰੇ ਨੇ ਕਿ ਤੁਸੀਂ ਮੈਡਲ ਜਿੱਤੇ ਨੇ? ਨਾ, ਕਿਸੇ ਨੇ ਵੀ ਨਹੀਂ, ਆਪੇ ਹੀ ਪੜ ਲਿਆ, ਆਪੇ ਖੇਡ ਲਿਆ, ਕਿਸੇ ਨੇ ਸਪੋਰਟ ਨਹੀਂ ਕੀਤੀ। ਤੁਸੀਂ ਆਪਣੇ ਵੱਲੋਂ ਕੋਈ ਅਪਲਾਈ ਕੀਤੀ ਹੋਵੇ ਜੌਬ ਵਾਸਤੇ? ਹਾਂ, ਮੈਂ ਅਪਲਾਈ ਕੀਤੀ ਸੀ, BSF ਦੀ ਕੀਤੀ ਸੀ, ਮੈਂ ਰਨਿੰਗ ਵੀ ਵਧੀਆ ਕਰ ਲਈ, ਸਾਰਾ ਮਤਲਬ ਸਕਿੱਲ ਸਕੂਲ ਸਭ ਕੁਛ ਕਰ ਲਿਆ,
ਰਿਟਨ ਪੇਪਰ ਹੋਇਆ ਸੀ ਉਹਦੇ ਵਿੱਚ 2 ਮਾਰਕਸ ਘਟੇ ਸੀ ਬਸ ਮੇਰੇ। ਪਰ ਸਰਕਾਰਾਂ ਤਾਂ ਦਾਅਵੇ ਕਰਦੀਆਂ ਨੇ ਕਿ ਜਿਹੜੇ ਸਪੋਰਟਸ ਨੇ ਸਪੋਰਟਸਮੈਨ ਨੇ ਜਾਂ ਸਪੋਰਟਸ ਦੇ ਖਿਡਾਰੀ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀਆਂ ਜੌਬ ਦਿੱਤੀ ਜਾਏਗੀ। ਹਾਂ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ, ਕਹਿ ਦਿੰਦੇ ਆ ਸੁਣਨ ਨੂੰ ਆਉਂਦਾ ਵਾ ਕਿ ਇੱਕ ਜਿਹੜਾ ਸਪੋਰਟਸ ਪਰਸਨ ਆ ਨਾ ਉਹ ਨੈਸ਼ਨਲ ਖੇਡ ਲਿਆ ਤੇ ਉਹਨੂੰ ਬੜੀ ਜਲਦੀ ਨੌਕਰੀ ਮਿਲ ਜਾਂਦੀ ਆ, ਪਰ ਮੈਂ ਇਹ ਨਹੀਂ ਮੰਨਦੀ ਹੈਗੀ ਵੀ ਕਿ ਉਹਨੂੰ ਜਲਦੀ ਨੌਕਰੀ ਮਿਲਦੀ ਆ। ਮੈਂ ਜਿੰਨੀ ਵਾਰ ਵੀ ਵੇਖਿਆ ਨਾ ਹੁਣ ਤੱਕ, ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਆ ਤੇ ਮੈਂ ਹੁਣ ਤੱਕ ਨੌਕਰੀ ਦੀ ਤੇ ਆਸ ਹੀ ਛੱਡ ਦਿੱਤੀ, ਹੁਣ ਤੇ ਮੈਂ ਹਾਰ ਗਈ ਹਿੰਮਤ ਕਿ ਮੈਂ ਕਹਿ ਨਹੀਂ ਸਕਦੀ ਵੀ ਕਿ ਮੇਰੇ ਘਰ ਦੇ ਹਾਲਾਤ ਇੰਨੇ ਮਾੜੇ ਹੋਣ ਕਰਕੇ ਕਿਵੇਂ ਕਿਵੇਂ ਮੈਨੂੰ ਪੜ੍ਹਾਇਆ। ਬਸ ਮੈਂ ਇਹੀ ਕਹਿੰਦੀ ਹਾਂ ਕਿ ਜੇ ਮੇਰੇ ਘਰਦਿਆਂ ਨੇ ਮੇਰੇ ਨਾਲ ਇੰਨਾ ਕੀਤਾ, ਇੰਨੀ ਸਪੋਰਟ ਕੀਤੀ ਹੁਣ ਤੱਕ, ਮੈਨੂੰ ਉਸ ਚੀਜ਼ ਦਾ ਬੈਨੀਫਿਟ ਮਿਲੇ। ਨੌਕਰੀ ਦੀ ਗੁਜ਼ਾਰਿਸ਼ ਹੈ ਸਾਰਿਆਂ ਨੇ। ਜਿਹੜਾ ਸਪੋਰਟਸ ਪਰਸਨ ਹੁੰਦਾ ਹੈ ਉਹਦੀ ਜਿਹੜੀ ਡਾਇਟ ਹੁੰਦੀ ਹੈ ਜਾਂ ਉਹਦੀ ਜਿਹੜੀ ਪਲੇਨ ਦਾ ਟਾਈਮ ਹੁੰਦਾ ਹੈ, ਆਪਣੀ ਰਿਹਰਸਲ ਦਾ ਟਾਈਮ ਹੁੰਦਾ ਹੈ, ਕਿਵੇਂ ਐਡਜਸਟ ਕਰਦੇ ਹੋ ਫਿਰ ਹਾਲਾਤ? ਤੁਸੀਂ ਦੱਸ ਰਹੇ ਹੋ ਬਹੁਤ ਤੁਹਾਡੇ ਮਾੜੇ ਨੇ ਤੇ ਪਰਿਵਾਰ ਨੂੰ ਹੀ ਚਲਾਉਂਦੇ ਹੋ ਨਾਲ, ਕਿਸ ਤਰ੍ਹਾਂ ਐਡਜਸਟ ਕਰ ਪਾਉਂਦੇ ਆਪਣੀ ਲਾਈਫ? ਜਿਵੇਂ ਮੈਂ ਖੇਡਣ ਗਈ ਆ ਕਿਤੇ ਹਨਾ, ਕਿਰਾਇਆ ਉਹਨਾਂ ਵੱਲੋਂ ਲੱਗਣਾ, ਡਾਇਟ ਵੀ ਉਹਨਾਂ ਵੱਲੋਂ ਮਿਲਣੀ, ਘਰਦਿਆਂ ਨੇ ਮੈਨੂੰ ਦੇਣੇ 200 ਦੇਣਾ, 100 ਦੇਣਾ, ਜਿੰਨੇ ਵੀ ਪੈਸੇ ਦੇਣੇ ਉਹਦੇ ਵਿੱਚ ਲੱਗ ਗਏ ਸਾਰਿਆਂ ਕੋਲ ਹੁੰਦੇ ਪੈਸੇ, ਪਰ ਮੈਂ ਕਦੀ ਨਹੀਂ ਸੋਚਿਆ ਕਿ ਇਹਦੇ ਕੋਲ ਜ਼ਿਆਦਾ ਆ ਅਤੇ ਮੇਰੇ ਕੋਲ ਵੀ ਇੰਨੇ ਹੁੰਦੇ। ਮੈਨੂੰ ਪਤਾ ਵਾ ਮੇਰੇ ਘਰ ਦੇ ਹਾਲਾਤ ਨਹੀਂ ਸਹੀ ਹੈਗੇ ਅਤੇ ਮੈਨੂੰ ਪਤਾ ਮੈਂ ਉਹਦੇ ਵਿੱਚ ਹੀ ਐਡਜਸਟ ਕਰਨਾ ਹੈ। ਮੈਨੂੰ ਪਤਾ ਇੱਕ ਵਾਰ ਦੀ ਗੱਲ, ਮੈਂ ਸਟੇਟ ਲੈਵਲ ਖੇਡਣ ਗਈ ਸੀ ਜਲੰਧਰ, ਅਤੇ ਉਦੋਂ ਮੇਰੇ ਤੋਂ ਸਿਰਫ ਮਤਲਬ 50 ਰੁਪਏ ਸੀ ਅਤੇ ਸਾਰੀਆਂ ਕੁੜੀਆਂ ਮਤਲਬ ਟ੍ਰੇਨ ਵਿੱਚ ਬੈਠ ਕੇ ਅਤੇ ਖਾਂਦੀਆਂ, ਅਤੇ ਮੈਨੂੰ ਪਤਾ ਸੀ ਮੇਰੇ ਤੋਂ ਨਹੀਂ ਹੈਗੇ ਅਤੇ ਮੈਂ ਕਿੱਥੋਂ ਖਾਣਾ, ਆਪਾਂ ਸਾਈਡ 'ਤੇ ਬੈਠ ਗਏ, ਮੈਂ ਨਹੀਂ ਹੈਗੇ ਅਤੇ ਹੁਣ ਕੀ ਕਰਨਾ, ਫਿਰ ਉਹਦੇ ਵਿੱਚ ਹੀ ਜਾਣਾ, ਉਹਦੇ ਵਿੱਚ ਹੀ ਕਰਨਾ ਵਾ ਫਿਰ। ਵੀਰੋ ਜੀ, ਅਸੀਂ ਤੁਹਾਡੇ ਜਿਹੜੇ ਹਾਲਾਤਾਂ ਨਾਲ ਜਾਣੂ ਆ, ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਸਰੋਤੇ ਵੇਖ ਰਹੇ ਨੇ ਉਹਨਾਂ ਨੂੰ ਪਤਾ ਚੱਲੇ ਸਰਕਾਰਾਂ ਜਿਹੜੀਆਂ ਦਾਅਵੇ ਕਰਦੀਆਂ ਨੇ ਝੂਠੇ ਦਾਅਵੇ ਹੁੰਦੇ ਹਮੇਸ਼ਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਉਸ ਚੀਜ਼ ਨੂੰ ਲੈ ਕੇ ਅਸੀਂ ਇਹ ਇੰਟਰਵਿਊ ਕਰ ਰਹੇ ਸੀ। ਸਾਡਾ ਮਤਲਬ ਤੁਹਾਡੀ ਠੇਸ ਪਹੁੰਚਾਉਣਾ ਨਹੀਂ ਹੈ ਕਿਸ ਚੀਜ਼ ਨੂੰ ਲੈ ਕੇ, ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਸੀਂ ਜਲੰਧਰ ਗਏ ਜਾਂ ਕੋਈ ਇਸ ਤਰ੍ਹਾਂ ਦਾ ਵਾਕਵਾ ਹੋਇਆ ਹੋਵੇ ਕਿ ਤੁਹਾਨੂੰ ਵਾਹਵਾਹੀ ਮਿਲੀ ਹੋਵੇ, ਕਿਸੇ ਵਧੀਆ ਤੁਸੀਂ ਅਚੀਵਮੈਂਟ ਕੀਤੀ ਹੋ ਉਸ। ਕਾਲਜ ਲੈਵਲ ਵਿੱਚ ਮੈਂ ਇੱਥੇ ਇੰਟਰ ਕਾਲਜ ਹੋਏ ਸੀ ਐਸੇ ਗਰਾਊਂਡ ਵਿੱਚ, ਅਤੇ ਜਦੋਂ ਸਾਡੇ ਗੋਲ ਹੁੰਦਾ ਵਾ ਨਾ ਅਤੇ ਸਟੋਕ ਪੁਆਇੰਟ ਤੋਂ ਹੁੰਦਾ ਵਾ ਸਿੱਧਾ, ਅਤੇ ਉਹ ਗੋਲ ਮੈਂ ਇੰਨਾ ਕੁ ਵਧੀਆ ਰੋਕਿਆ ਸੀ ਨਾ, ਉਦੋਂ ਸਾਡੇ ਕੋਚ ਨੇ ਵੀ ਕਿਹਾ, ਸਾਰੀ ਟੀਮ ਨੇ ਵੀ ਕਿਹਾ ਕਿ ਵਾਹ ਬਹੁਤ ਸੋਹਣਾ ਗੋਲ ਰੋਕਿਆ ਵਾ। ਪਤਾ ਲੱਗ ਜਾਂਦਾ ਬੰਦੇ ਨੂੰ, ਮੈਨੂੰ ਆਪਣੇ ਆਪ 'ਤੇ ਇੰਨਾ ਮਾਣ ਹੈਗਾ, ਇੰਨਾ ਪ੍ਰਾਊਡ ਹੈਗਾ ਕਿ ਮੈਂ ਜਿੰਨਾ ਟਾਈਮ ਇਸ ਗਰਾਊਂਡ 'ਚ ਮਿਹਨਤ ਕੀਤੀ ਆ ਨਾ, ਅਤੇ ਮੈਂ ਕਦੀ ਕਿਸੇ ਨਾਲੋਂ ਘੱਟ ਨਹੀਂ ਸੀ, ਖੇਡ ਕੇ ਵਿਖਾਇਆ। ਹੁਣ ਤੱਕ ਜੇ ਨੈਸ਼ਨਲ ਖੇਡੀ ਆ ਨਾ, ਆਪਣੇ ਦਮ ਤੇ ਖੇਡੀ ਆ, ਵਧੀਆ ਖੇਡੀ ਤਾਂਹੀਓ ਖੇਡੀ ਆ। ਤੁਸੀਂ ਦੱਸਿਆ ਜੇ ਤੁਸੀਂ ਬਹੁਤ ਵਧੀਆ ਜਿਹੜਾ ਅਚੀਵਮੈਂਟ ਕੀਤੀ, ਤੁਹਾਡੇ ਜਿਹੜਾ ਸਟਾਫ ਨੇ ਤੁਹਾਨੂੰ ਸ਼ਾਬਾਸ਼ ਦਿੱਤੀ, ਤੁਸੀਂ ਜਿਹੜੀ ਟੀਮ ਦੇ ਵਿੱਚ ਕਿਸ ਪੋਜੀਸ਼ਨ ਦੇ ਉੱਪਰ ਖੇਡਦੇ ਹੋ? ਮੈਂ ਸੈਂਟਰ ਆਫ ਖੇਡਦੀ ਸੀ, ਸੈਂਟਰ ਆਫ ਖੇਡਦੀ ਸੀ, ਮੇਨ ਰੋਲ ਮਤਲਬ ਮੇਰਾ ਹੀ ਹੁੰਦਾ ਸੀ ਸਾਰਾ ਇਹਦੇ ਵਿੱਚ ਕਿ ਰਾਈਟ ਤੋਂ ਬੋਲ ਆਉਣੀ, ਲੈਫਟ, ਲੈਫਟ ਤੋਂ ਰਾਈਟ, ਸਾਰੀ ਸਾਰੀ ਮਤਲਬ ਗੇਮ ਦੀ ਰੋਟੇਸ਼ਨ ਮੇਰੇ 'ਤੇ ਹੀ ਡਿਪੈਂਡ ਹੁੰਦੀ ਸੀ, ਅਤੇ ਆਪਣਾ ਫਿਰ ਵੀ ਜਿੰਨਾ ਟਾਈਮ ਵੀ ਮੈਂ ਖੇਡੀ ਮੈਂ ਬਹੁਤ ਮਿਹਨਤ ਕੀਤੀ ਅਤੇ ਹੁਣ ਤੱਕ। ਪਰ ਕੋਈ ਜਿਹੜੇ ਤੁਹਾਡੇ ਸਾਥੀ ਪਲੇਅਰ ਨੇ ਤੁਹਾਡੇ ਹਾਲਾਤਾਂ ਨਾਲ ਜਾਣੂ ਨੇ, ਜੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਕਿਸ ਤਰ੍ਹਾਂ ਦਾ ਵਤੀਰਾ ਰਹਿੰਦਾ ਉਹਨਾਂ ਦਾ ਤੁਹਾਡੇ ਨਾਲ? ਵਤੀਰਾ ਸਰ ਸਾਰਿਆਂ ਦਾ ਠੀਕ ਹੀ ਆ, ਕੋਈ ਕਿਸੇ ਨੂੰ ਵੇਖ ਕੇ ਮਾੜਾ ਨਹੀਂ ਕਹਿੰਦਾ ਹੈਗਾ, ਆਪਾਂ ਉਹਨਾਂ ਨਾਲ ਰਹਿੰਦੇ ਹਾਂ, ਸਟਾਰਟਿੰਗ ਤੋਂ ਰਹਿੰਦੇ, ਲਾਸਟ ਤੱਕ ਰਹਿੰਦੇ ਹਾਂ, ਕਦੀ ਉਹਨਾਂ ਨੇ ਸਾਨੂੰ ਮਾੜਾ ਨਹੀਂ ਕਿਹਾ, ਕਿਉਂਕਿ ਅਸੀਂ ਜਦੋਂ ਕਿਸੇ ਨਾਲ ਸਹੀ ਆ ਨਾ ਤੇ ਸਾਨੂੰ ਕੋਈ ਮਾੜਾ ਨਹੀਂ ਕਹਿ ਸਕਦਾ। ਵੀਰੋ ਜੀ, ਸੁਪਨੇ ਤੁਹਾਡੇ ਕੀ ਨੇ, ਕਿਹੜਾ ਸੁਪਨਾ ਹੈ ਕਿ ਮੈਂ ਇਸ ਪਲੇਅਰ ਦੇ ਵਿੱਚੋਂ ਜਾਂ ਖੇਡ ਦੇ ਵਿੱਚੋਂ ਜਿਹੜਾ ਅਚੀਵਮੈਂਟ ਕਰਕੇ ਹੋਰ ਉੱਪਰ ਤਾਈਂ ਜਾਣ ਦਾ ਕਿਹੜਾ ਸੁਪਨਾ ਹੈ ਜੀ? ਪਹਿਲਾਂ ਤਾਂ ਮੇਰਾ ਸੁਪਨਾ ਹੈ ਕਿ ਮੈਂ ਮਤਲਬ ਕਿ ਮੈਂ ਮੇਰਾ ਇੰਡੀਆ ਲੈਵਲ ਦਾ ਬਹੁਤ ਹੀ ਜ਼ਿਆਦਾ ਸੁਪਨਾ ਸੀ ਕਿ ਮੈਂ ਇੰਡੀਆ ਲੈਵਲ 'ਤੇ ਖੇਡਾਂ, ਪਰ ਪੈਸੇ ਦੇ ਪਿੱਛੋਂ ਮੈਂ ਨਹੀਂ ਖੇਡ ਪਾਈ, ਕਿਉਂਕਿ ਅੱਜ ਕੱਲ੍ਹ ਜਿੱਥੇ ਕਿਤੇ ਮੰਨ ਲਓ ਪੈਸਾ ਬਹੁਤ ਹੀ ਇੰਪੋਰਟੈਂਟ ਆ, ਇਸ ਕਰਕੇ ਪੈਸੇ ਨੇ ਵੀ ਨਹੀਂ ਸਾਥ ਦਿੱਤਾ, ਕੁਛ ਹਾਲਾਤਾਂ ਨੇ ਨਹੀਂ ਸਲਾਹ ਦਿੱਤਾ ਮੇਰਾ। ਹੁਣ ਤੁਸੀਂ ਕੀ ਕਰਦੇ ਹੋ, ਹੁਣ ਵੀ ਖੇਡਦੇ ਹੋ ਅਜੇ ਵੀ? ਹਾਂਜੀ ਖੇਡਦੀ ਹਾਂ, ਹਾਕੀ ਖੇਡਣ ਆਉਂਦੀ ਹੁੰਦੀ ਹਾਂ ਇਸ ਗਰਾਊਂਡ ਵਿੱਚ, ਅਤੇ ਹੁਣ ਮੈਂ ਮਤਲਬ ਕਿ ਬੀ ਪੀ ਐਡ ਕਰਦੀ ਪਈ ਯੂਨੀਵਰਸਿਟੀ ਤੋਂ। ਹਾਂਜੀ ਯੂਨੀਵਰਸਿਟੀ ਵੱਲੋਂ ਕੋਈ ਸਕਾਲਰਸ਼ਿਪ ਜਾਂ ਕੋਈ ਇਸ ਤਰ੍ਹਾਂ ਦੀ ਸਹਾਇਤਾ ਮਿਲੀ ਹੋਵੇ? ਇਹ ਮਤਲਬ ਐਸੀ ਕੋਟੇ ਹੋਣ ਕਰਕੇ ਮੈਨੂੰ ਮਤਲਬ ਕਿ ਮੇਰੀ ਸਾਰੀ ਫੀਸ ਵਗੈਰਾ ਮਾਫ ਹੈਗੀ ਆ, ਕਿ ਉਹਦੇ ਕਰਕੇ ਮੈਨੂੰ ਇਹ ਬੈਨੀਫਿਟ ਹੈਗਾ ਕਿ ਮੈਂ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹਾਂ, ਅਤੇ ਮੇਰੀ ਕਾਸਟ ਦੇ ਹੋਣ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਫਾਇਦਾ ਵਾ, ਕਾਲਜ 'ਚ ਵੀ ਫਾਇਦਾ ਰਿਹਾ ਅਤੇ ਹੁਣ ਗਾਂ ਯੂਨੀਵਰਸਿਟੀ 'ਚ ਪੜ੍ਹ ਰਹੀ ਹਾਂ, ਮੈਨੂੰ ਇਹ ਵੀ ਬੜਾ ਫਾਇਦਾ ਵਾ ਇਹਦਾ। ਜਿੱਥੇ ਪੰਜਾਬ ਦਾ ਨੌਜਵਾਨ ਹੁਣ ਨਸ਼ਿਆਂ ਦੇ ਵਿੱਚ ਧੱਸਦਾ ਜਾ ਰਿਹਾ, ਪੰਜਾਬ ਪਹਿਲਾਂ ਸੋਨੇ ਦੀ ਚਿੜੀ ਮੰਨਿਆ ਜਾਂਦਾ ਸੀ, ਹੁਣ ਪੰਜਾਬ ਦੇ ਨੌਜਵਾਨ ਨਸ਼ੇੜੀ ਮੰਨੇ ਜਾਂਦੇ ਨੇ, ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ?
ਮੈਂ ਉਹਨਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਨਸ਼ਿਆਂ ਨੂੰ ਛੱਡ ਕੇ ਨਾ ਆਪਣੀ ਮਤਲਬ ਘਰਦਿਆਂ ਬਾਰੇ ਸੋਚੋ। ਜਿਹੜੇ ਅੱਜ ਕੱਲ੍ਹ ਨਸ਼ੇ ਕਰਨ ਦੇ ਆ ਉਹ ਆਪਣੇ ਘਰਦਿਆਂ ਬਾਰੇ ਨਹੀਂ ਸੋਚਦੇ ਹੈਗੇ ਕਿ ਅਸੀਂ ਆਪਣੇ ਘਰਦਿਆਂ ਨੂੰ। ਨਸ਼ੇ ਤੇ ਇੱਕ ਇਹੋ ਜਿਹੀ ਚੀਜ਼ ਆ ਨਾ ਬੰਦੇ ਨੂੰ ਮਾਰ ਦਿੰਦਾ ਵਾ, ਆਪ ਤੇ ਉਹਨੇ ਮਰਨਾ ਹੀ ਮਰਨਾ, ਨਾਲ ਉਹ ਦੋ ਜਾਣਿਆਂ ਨੂੰ ਘਰ ਦੇ ਪਰਿਵਾਰ ਨੂੰ ਵੀ ਸਾਰੇ ਨੂੰ ਲੈ ਕੇ ਬਹਿ ਜਾਂਦਾ ਵਾ। ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਨਸ਼ਿਆਂ ਵੱਲ ਨਾ ਜਾਓ, ਕਿ ਆਪਣੇ ਭੈਣ ਭਰਾ ਘਰਦਿਆਂ ਨੂੰ ਰਿਸ਼ਤਿਆਂ ਨੂੰ ਦੂਰ ਨਾ ਕਰੋ ਇੱਕ ਦੂਜੇ ਤੋਂ। ਵੀਰੋ ਜੀ ਇੱਕ ਚੀਜ਼ ਹੋਰ ਅਸੀਂ ਜਾਣਨਾ ਚਾਹੁੰਦੇ, ਅੱਜ ਜਿਹੜੀਆਂ ਧੀਆਂ ਨੇ ਸਾਡੀਆਂ ਪੰਜਾਬ ਦੀਆਂ, ਉਹ ਟਿਕਟੋਕ 'ਚ ਹੋਇਆ ਜਾਂ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਬਣਾ ਕੇ ਦਰਬਾਰ ਸਾਹਿਬ ਦੇ ਵਿੱਚ ਵੀ ਇਹੋ ਜਿਹੀਆਂ ਵੀਡੀਓ ਬਣਾਉਂਦੀਆਂ ਜਿਹੜੀਆਂ ਨਹੀਂ ਦੇਖਣ ਵਾਲੀਆਂ ਹੁੰਦੀਆਂ, ਉਹਨਾਂ ਧੀਆਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ? ਉਹਨਾਂ ਭੈਣਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਟਿਕਟੋਕ, ਹਾਂ ਟਿਕਟੋਕ ਤੇ ਇੱਕ ਪਹਿਲਾਂ ਬੈਨ ਲੱਗ ਚੁੱਕਾ ਸੀ, ਫਿਰ ਉਹਨਾਂ ਨੇ ਓਪਨ ਕਰਤਾ, ਤੇ ਇੱਕ ਮੈਂ ਵੀ ਵੀਡੀਓ ਦੇਖੀ ਇੱਦਾਂ ਦੀ, ਟਿਕਟੋਕ ਬਣਾ ਰਹੀ ਸਿਰ ਤੋਂ ਚੁੰਨੀ ਲਾਈ ਤੇ ਗੁਰਦੁਆਰੇ ਵਿੱਚ ਇੱਦਾਂ ਜਾਣ ਦੀ, ਕਿ ਪਰਮਾਤਮਾ ਘਰ ਇਹੋ ਜਿਹਾ ਕੀ ਤੁਹਾਨੂੰ ਦਿਖਦਾ ਵਾ? ਪਹਿਲਾਂ ਦੱਸੋ ਪਰਮਾਤਮਾ ਘਰ ਤੁਸੀਂ ਕਰਨ ਕੀ ਆਏ? ਤੁਸੀਂ ਮੱਥਾ ਟੇਕਣ ਆਏ ਹੋ ਪਰਮਾਤਮਾ ਘਰ। ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੀਆਂ ਮੇਰੀਆਂ ਭੈਣਾਂ ਬਣਾਉਂਦੀਆਂ ਵਾ ਜਾਂ ਕਰਦੀਆਂ ਵਾ, ਪਲੀਜ਼ ਉਹਨਾਂ ਅੱਗੇ ਇਹੀ ਬੇਨਤੀ ਆ ਕਿ ਗੁਰੂ ਘਰ ਟਲ ਜਾਓ, ਗੁਰੂ ਘਰ ਨਹੀਂ ਇੱਦਾਂ ਦਾ ਕੰਮ ਕਰੀ ਦੇ ਹੁੰਦੇ, ਗੁਰੂ ਘਰ ਤੇ ਬਿਲਕੁਲ ਵੀ ਨਹੀਂ। ਜਿਹੜੀ ਪੰਜਾਬ ਸਰਕਾਰ ਦੇ ਵਿੱਚ ਸਪੋਰਟਸ ਜਿਹੜੇ ਪਰਸਨ ਨੇ ਉਹਨਾਂ ਨੂੰ ਉਸ ਤਰ੍ਹਾਂ ਦੀ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਜਦੋਂ ਕਿ ਪੜੋਸੀ ਦੇਸ਼ ਆਪਣਾ ਜਿਹੜਾ ਹਰਿਆਣਾ ਵਾ, ਪੜੋਸੀ ਆਪਣਾ ਰਾਜ ਹੈ, ਉੱਥੇ ਬਹੁਤ ਸਹੂਲਤਾਂ ਨੇ, ਖਿਡਾਰੀ ਜਿੱਤ ਕੇ ਆਉਂਦਾ ਉਹਨੂੰ ਬੜੇ ਬੜੇ ਇਨਾਮ ਦਿੱਤੇ ਜਾਂਦੇ ਨੇ, ਇੱਥੇ ਇਸ ਤਰ੍ਹਾਂ ਨਹੀਂ ਹੁੰਦਾ। ਕੀ ਵਜ੍ਹਾ ਮੰਨਦੇ ਇਸ ਚੀਜ਼ ਨੂੰ ਲੈ ਕੇ? ਇਸ ਚੀਜ਼ ਨੂੰ ਲੈ ਕੇ ਮੈਂ ਵਜ੍ਹਾ ਮੰਨਦੀ ਹਾਂ, ਹਰਿਆਣਾ ਸਰਕਾਰ ਪੈਸਾ ਦਿੰਦੀ ਆ ਸਪੋਰਟਸ ਦੇ, ਮਗਰ ਡਾਇਟ, ਹੋਸਟਲ ਫ੍ਰੀ, ਸਾਰਾ ਫੈਸਿਲਿਟੀ ਦਿੰਦੀਆਂ। ਪੰਜਾਬ ਸਰਕਾਰ ਨੇ ਜਦੋਂ ਦੇਣਾ ਹੀ ਨਹੀਂ ਕੁਛ ਤੇ ਕੀ ਕਰੇ ਉਹ? ਇਸ ਕਰਕੇ ਉਹਨਾਂ ਨੂੰ ਵੀ ਵੱਧ ਕਰਨਾ ਚਾਹੀਦਾ ਵਾ। ਹਰਿਆਣਾ ਸਰਕਾਰ ਇਸ ਕਰਕੇ ਅੱਗੇ ਆ ਰਹੀ ਆ, ਉਹਨਾਂ ਨੂੰ ਬੱਚਿਆਂ ਨੂੰ ਪੈਸੇ ਦੇ ਰਹੀ ਆ, ਉਹਨਾਂ ਦੇ ਮਗਰ ਡਾਇਟ ਲਾ ਰਹੀ ਆ, ਸਭ ਕੁਛ ਕਰ ਰਹੀ ਆ। ਇਸ ਕਰਕੇ ਉਹਨਾਂ ਨੂੰ ਚਾਹੀਦਾ ਕਿ ਆਪਣਾ ਮਤਲਬ ਵਧੀਆ, ਮਤਲਬ ਪੰਜਾਬ ਦੀ ਟੀਮਾਂ ਨੂੰ ਜੇ ਉੱਤੇ ਲੈ ਕੇ ਆਉਣਾ ਵਾ ਨਾ, ਤੇ ਉਹਨਾਂ ਨੂੰ ਪੈਸਾ ਤੇ ਉਹਨਾਂ ਦੇ ਮਗਰ ਸਹੂਲਤਾਂ ਦਿੱਤੀਆਂ ਜਾਣ। ਆਪਣੇ ਵਜ਼ੀਰ ਨੇ ਜਿਹੜੇ ਅੰਮ੍ਰਿਤਸਰ ਦੇ ਜਿਹੜੇ ਮੰਤਰੀ ਨੇ ਦੋ ਤਿੰਨ, ਉਹਨਾਂ ਨੂੰ ਮਿਲੇ ਤੁਸੀਂ ਕਿ ਮੈਂ ਇੰਨੇ ਵਧੀਆ ਪਲੇ ਕਰਦੀਆਂ ਖੇਡਦੀਆਂ, ਅਜੇ ਤਾਈਂ ਕੋਈ ਮਿਲੇ ਉਸ ਨੂੰ? ਨਹੀਂ ਸਰ, ਮੈਂ ਨਹੀਂ। ਤੁਹਾਨੂੰ ਨਹੀਂ ਲੱਗਦਾ ਮਿਲਣਾ ਚਾਹੀਦਾ? ਸ਼ਾਇਦ ਨਹੀਂ ਉਹਨਾਂ ਨੂੰ ਪਤਾ ਹੋਏਗਾ ਤੁਹਾਡੇ ਬਾਰੇ, ਜੇ ਮਿਲੋ ਤਾਂ ਤੁਹਾਡੀ ਹੈਲਪ ਹੋ ਸਕਦੀ ਹੈ। ਹਾਂਜੀ ਸਰ, ਮੈਨੂੰ ਤੇ ਆ ਕਿ ਮੈਂ ਮਿਲਾਂ ਉਹਨਾਂ ਨੂੰ ਮੈਂ ਦੱਸਾਂ ਆਪਣੇ ਹਾਲਾਤ, ਸਰਕਾਰ ਅੱਗੇ ਅਪੀਲ ਕਰਾਂ ਕਿ ਮੈਨੂੰ ਨੌਕਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਮੈਨੂੰ ਨੌਕਰੀ ਦਿੱਤੀ ਜਾਵੇ। ਇਹ ਸੀ ਹਾਕੀ ਦੀ ਪਲੇਅਰ ਵੀਰੋ, ਜਿਹਨੇ ਦੱਸਿਆ ਕਿ ਉਹ ਸਟੇਟ ਲੈਵਲ ਤੇ ਔਰ ਅੱਛੇ ਮੈਡਲ ਲੈ ਕੇ ਜਿਹੜੇ ਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ, ਲੇਕਿਨ ਹਾਲਾਤ ਇਸ ਤਰ੍ਹਾਂ ਦੇ, ਉਹਨਾਂ ਦੇ ਪਰਿਵਾਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਬਹੁਤ ਹੀ ਮਾੜੇ ਹਾਲਾਤ ਨੇ, ਇਸ ਲਈ ਉਹ ਜਿਹੜੇ ਨੇ ਆਪਣੇ ਸੁਪਨੇ ਨੇ ਜਿਹੜੇ ਪੂਰੇ ਨਹੀਂ ਕਰ ਪਾ ਰਹੀ। ਅਸੀਂ ਵੀਰੋ ਜੀ ਉਹਨਾਂ ਦਾ ਨੰਬਰ ਜਾਣ ਲੈਂਦੇ ਹਾਂ, ਕਿਉਂਕਿ ਸਾਡੇ ਚੈਨਲ ਦੁਆਰਾ ਜਿਹੜੇ ਸਰੋਤੇ ਨੇ ਕਿਸੇ ਨੇ ਹੈਲਪ ਕਰਨੀ ਹੋਈ ਵੀਰੋ ਦੀ ਤਾਂ ਉਹ ਕਰ ਸਕਦਾ। ਵੀਰੋ ਜੀ ਆਪਣਾ ਨੰਬਰ ਬੋਲ ਦਿਓ। 98-765-44-98 ਇਹ ਮੇਰਾ ਨੰਬਰ ਆ, ਤੇ ਸਾਰਿਆਂ ਨੂੰ ਮੇਰੇ ਵੱਲੋਂ ਇਹੀ ਗੁਜ਼ਾਰਿਸ਼ ਆ, ਇਹੀ ਆ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ, ਤੇ ਸਰਕਾਰ ਨੂੰ ਵੀ ਮੈਂ ਇਹੀ ਅਪੀਲ ਕਰਦੀ ਹਾਂ ਕਿ ਮੈਨੂੰ ਨੌਕਰੀ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਤੇ ਮੈਨੂੰ ਨੌਕਰੀ ਦਿੱਤੀ ਜਾਵੇ, ਕਿਉਂਕਿ ਮੇਰੇ ਘਰ ਦੇ ਹਾਲਾਤ ਬਹੁਤ ਹੀ ਮਾੜੇ ਆ, ਜਿਸ ਕਰਕੇ ਮੈਂ ਬਿਆਨ ਨਹੀਂ ਕਰ ਸਕਦੀ ਤੁਹਾਨੂੰ। ਵੀਰੋ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ, ਉਹਦਾ ਇਹੀ ਡਿਮਾਂਡ ਹੈ ਕਿ ਜੇ ਮੈਡਲ ਇੰਨੇ ਜਿੱਤਣ ਦਾ ਫਾਇਦਾ ਨਹੀਂ ਹੈ ਜਿੰਨਾ ਚਿਰ ਉਹਨੂੰ ਜੋਬ ਵੀ ਨਹੀਂ ਮਿਲਦੀ, ਕਿਉਂਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਹਰਿਆਣਾ ਸਰਕਾਰ ਜਿਵੇਂ ਖਿਲਾੜੀਆਂ ਨੂੰ ਵਧੀਆ ਵਧੀਆ ਜੋਬ ਦਿੰਦੀ ਹੈ, ਇਸ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਵੀ ਉਹਨਾਂ ਨੂੰ ਕੋਈ ਵਧੀਆ ਜੋਬ ਮਿਲੇ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਅੰਮ੍ਰਿਤਸਰ ਤੋਂ ਦਾ ਟੀਵੀ ਐਨ ਆਰ ਆਈ ਲਈ ਧਰਮਵੀਰ ਚੱਲ ਦੀ ਰਿਪੋਰਟ।